ਕਿ ਪੰਜਾਬ ਦੇ ਸੀ ਐਮ ਭਗਵੰਤ ਮਾਨ ਅਤੇ ਦਿੱਲੀ ਦੇ ਸੀ ਐਮ ਅਰਵਿੰਦ ਕੇਜਰੀਵਾਲ ਵਿਚਾਲੇ ਦਰਾਰ ਪੈ ਗਈ ਹੈ? ਕਿ ਦੋਵਾਂ ਦੇ ਵਿਚਾਲੇ ਕੋਈ ਸੰਗੀਨ ਦਿੱਕਤ ਆ ਗਈ ਹੈ ਕਿ ਦੋਵੇਂ ਇੱਕ ਦੂਸਰੇ ਤੋਂ ਮੂੰਹ ਵੱਟ ਗਏ ਨੇ, ਰੁੱਖ ਮੋੜ ਲਿਆ ਆ? ਇਹ ਬਹੁਤ ਸਵਾਲ ਅਚਾਨਕ ਖੜ੍ਹੇ ਹੋਣ ਲੱਗ ਗਏ ਉਦੋਂ ਜਦੋਂ ਸੁਨੀਲ ਜਾਖੜ ਦਾ ਇੱਕ ਬਿਆਨ ਸਾਹਮਣੇ ਆਉਂਦਾ। ਸੁਨੀਲ ਜਾਖੜ ਦਾ ਇਹ ਦਾਅਵਾ ਆ ਕਿ ਆਮ ਆਦਮੀ ਪਾਰਟੀ ਦੇ ਅੰਦਰ ਕੁਝ ਵੀ ਠੀਕ ਨਹੀਂ ਹੈ, ਆਮ ਆਦਮੀ ਪਾਰਟੀ ਦੇ ਅੰਦਰ ਤਰਥੱਲੀ ਮੱਚੀ ਹੋਈ ਆ। ਸੁਨੀਲ ਜਾਖੜ ਦਾ ਕਹਿਣਾ ਹੈ ਕਿ ਉਹੀ ਹਾਲਾਤ ਜਿਸ ਤਰ੍ਹਾਂ ਕਾਂਗਰਸ ਦੇ ਹੋ ਗਏ ਸੀ ਪੰਜਾਬ ਦੇ ਵਿੱਚ, ਉਹੀ ਹੁਣ ਆਮ ਆਦਮੀ ਪਾਰਟੀ ਦੇ ਹੁੰਦੇ ਨਜ਼ਰ ਆ ਰਹੇ ਹੈ। ਔਰ ਇਹਨਾਂ ਦਾ ਸਾਫ਼ ਦਾਅਵਾ ਹੈ ਕਿ ਦੋਵੇਂ ਮੁੱਖ ਮੰਤਰੀਆਂ ਦੇ ਸੁਰ ਜਿਹੜੇ ਨੇ ਉਹ ਇੱਕ ਦੂਸਰੇ ਨਾਲ ਹੁਣ ਰਲਦੇ ਨਹੀਂ ਪਏ। ਇਹ ਸੁਨੀਲ ਜਾਖੜ ਕਿਉਂ ਕਹਿੰਦੇ ਪਏ ਨੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ। ਦਰਅਸਲ ਸੁਨੀਲ ਜਾਖੜ ਨੇ ਤਰਕ ਦਿੱਤਾ ਹੈ ਕਿ ਸੀ ਐਮ ਭਗਵੰਤ ਮਾਨ ਹੁਣ ਅਚਾਨਕ ਆਂਧਰਾ ਪ੍ਰਦੇਸ਼ ਦੇ ਵਿਪਾਸਨਾ ਸੈਂਟਰ ਚਲੇ ਗਏ ਮੈਡੀਟੇਸ਼ਨ ਕਰਨ, ਔਰ ਇਹ ਵੀ ਉਸ ਵੇਲੇ ਜਦੋਂ ਅਰਵਿੰਦ ਕੇਜਰੀਵਾਲ ਦਾ ਮੈਡੀਟੇਸ਼ਨ ਕੋਰਸ ਖਤਮ ਹੋ ਗਿਆ ਹੁਸ਼ਿਆਰਪੁਰ ਦੇ ਵਿਪਾਸਨਾ ਸੈਂਟਰ ਦੇ ਵਿੱਚ ਜਿਹੜਾ ਚੱਲਦਾ ਪਿਆ ਸੀ, ਔਰ ਦੂਜੇ ਪਾਸੇ ਈਡੀ ਦੇ ਸੰਮਨ ਹੁਣ ਸਿਰ 'ਤੇ ਖੜ੍ਹੇ ਨੇ। ਸੁਨੀਲ ਜਾਖੜ ਦਾ ਇਹ ਦਾਅਵਾ ਹੈ ਕਿ ਈਡੀ ਦੇ ਸੰਮਨਸ ਤੋਂ ਜਾਨ ਬਚਾ ਕੇ ਸੀ ਐਮ ਭਗਵੰਤ ਮਾਨ ਆਂਧਰਾ ਪ੍ਰਦੇਸ਼ ਵਿਪਾਸਨਾ ਸੈਂਟਰ ਚਲੇ ਗਏ ਨੇ, ਪਹਿਲੀ ਗੱਲ ਇਹ। ਔਰ ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਹੈ ਕਿ ਜਿੱਥੇ ਇੱਕ ਪਾਸੇ ਅਰਵਿੰਦ ਕੇਜਰੀਵਾਲ ਨੂੰ ਸੰਮਨ ਆ ਰਹੇ ਨੇ, ਉੱਥੇ ਹੀ ਸੀ ਐਮ ਭਗਵੰਤ ਮਾਨ ਇਹਨਾਂ ਸੰਮਨਾਂ ਤੋਂ, ਅਰਵਿੰਦ ਕੇਜਰੀਵਾਲ 'ਤੇ ਹੋਣ ਵਾਲੀ ਕਿਸੇ ਵੀ ਕਾਰਵਾਈ ਤੋਂ ਆਪਣਾ ਮੂੰਹ ਮੋੜ ਕੇ ਅਤੇ ਆਂਧਰਾ ਪ੍ਰਦੇਸ਼ ਚਲ ਗਏ ਨੇ ਵਿਪਾਸਨਾ ਸੈਂਟਰ। ਇਹ ਦਾਅਵਾ ਕੀਤਾ ਗਿਆ ਸੁਨੀਲ ਜਾਖੜ ਵੱਲੋਂ। ਔਰ ਦੂਸਰੀ ਗੱਲ ਇਹ ਕੀਤੀ ਗਈ ਹੈ ਸੁਨੀਲ ਜਾਖੜ ਵੱਲੋਂ ਕਿ ਕੀ ਹੁਸ਼ਿਆਰਪੁਰ ਦਾ ਵਿਪਾਸਨਾ ਸੈਂਟਰ ਸੀ ਐਮ ਭਗਵੰਤ ਮਾਨ ਦੇ ਅਨੁਕੂਲ ਨਹੀਂ ਸੀ? ਕਿ ਸੀ ਐਮ ਭਗਵੰਤ ਮਾਨ ਨੂੰ ਹੁਸ਼ਿਆਰਪੁਰ ਦਾ ਵਿਪਾਸਨਾ ਸੈਂਟਰ ਜਿਹੜਾ ਮੈਡੀਟੇਸ਼ਨ ਸੈਂਟਰ ਸੀ ਉਹ ਓਨਾ ਕਾਰਗਰ ਨਹੀਂ ਸੀ ਲੱਗਦਾ ਕਿ ਉਹ ਉੱਥੇ ਜਾਣ ਦੀ ਬਜਾਏ ਆਂਧਰਾ ਪ੍ਰਦੇਸ਼ ਦੇ ਵਿਪਾਸਨਾ ਸੈਂਟਰ ਚਲੇ ਗਏ? ਇਹ ਕੁਝ ਉਹ ਸਵਾਲ ਨੇ ਜਿਹੜੇ ਸੁਨੀਲ ਜਾਖੜ ਚੱਕਦੇ ਨਜ਼ਰ ਆ ਰਹੇ ਨੇ। ਔਰ ਸਾਫ਼ ਦਾਅਵਾ ਕਰ ਰਹੇ ਆ ਕਿ ਪਾਰਟੀ ਦੇ ਅੰਦਰਲੇ ਹਾਲਾਤ ਵਿਗੜਦੇ ਪਏ ਨੇ। ਉਹਨਾਂ ਨੇ ਸਾਫ਼ ਇਸ਼ਾਰਾ ਕਰ ਦਿੱਤਾ ਕਿ ਦੋਵੇਂ ਸੀ ਐਮਸ ਦੇ ਰੁੱਖ ਜਿਹੜੇ ਨੇ ਇੱਕ ਦੂਸਰੇ ਦੇ ਅਲੈਦਾ ਹੋ ਗਏ ਨੇ, ਦੋਵੇਂ ਸੀ ਐਮਸ ਜਿਹੜੇ ਨੇ ਉਹਨਾਂ ਦੇ ਸੁਰ ਇੱਕ ਦੂਸਰੇ ਨਾਲ ਨਹੀਂ ਰਲਦੇ ਪਏ। ਔਰ ਨਾਲ ਦੀ ਨਾਲ ਇਸ ਮਾਮਲੇ ਨੂੰ ਲੈ ਕੇ ਵਿਪਾਸਨਾ ਸੈਂਟਰਸ ਦੀ ਵੀ ਗੱਲ ਕਰਤੀ, ਨਾਲ ਦੀ ਨਾਲ ਈਡੀ ਦੇ ਸੰਮਨ ਦੀ ਗੱਲ ਕਰ ਦਿੱਤੀ, ਔਰ ਈਡੀ ਦੇ ਸੰਮਨ ਨੂੰ ਨਾ ਮਨਜ਼ੂਰ ਕਰਨ ਦੀ ਗੱਲ ਕਰ ਦਿੱਤੀ। ਅਰਵਿੰਦ ਕੇਜਰੀਵਾਲ ਨੇ ਨਾ ਮਨਜ਼ੂਰ ਕਰਤਾ ਈਡੀ ਦਾ ਤੀਸਰਾ ਸੰਮਨ, ਉਸ ਬਾਰੇ ਵੀ ਬੋਲ ਪਏ। ਆਖਿਰ ਕੀ ਗੱਲਾਂ ਕੀਤੀਆਂ ਨੇ, ਸੁਨੀਲ ਜਾਖੜ ਨੇ ਕਿਹੜੇ ਹੋਰ ਤਰਕ ਦਿੱਤੇ ਨੇ, ਆਓ ਤੁਹਾਨੂੰ ਸੁਣਾ ਦਿੰਦੇ ਹਾਂ। ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤਪੱਸਿਆ ਕਰਨ ਵਾਸਤੇ ਜਾਂ ਸਾਧਨਾ ਕਰਨ ਵਾਸਤੇ ਆਂਧਰਾ ਪ੍ਰਦੇਸ਼ ਤੁਰ ਕੇ ਦੱਸਦੇ ਆ। ਅਗਰ ਆਹ ਗੱਲ ਸੱਚ ਹੈ ਤਾਂ ਕਈ ਸਵਾਲ ਜਿਹੜੇ ਲੋਕਾਂ ਦੇ ਮਨ 'ਚ ਆਉਣੇ ਬੜੇ ਸੁਭਾਵਿਕ ਜੇ, ਵੀ ਕੀ ਲੋਕਾਂ ਨੂੰ ਧੋਖਾ ਦੇ ਸਾਡੇ ਮਾਨਯੋਗ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੂੰ ਵੀ ਝਾਂਸਾ ਦੇ ਗਏ? ਇੱਕ ਬਾਗੜੀ 'ਚ ਕਹਾਵਤ ਹੈ, ਕਹਿੰਦਾ ਮੈਂ ਆਇਆ ਗੋ ਰੰਗ ਹੈ ਔਰ ਗੋਰਾਂ ਬੈਠੀ ਹੋ ਰੰਗ ਹੈ। ਵੀ ਅਸੀਂ ਤਾਂ ਇੱਥੇ ਆਏ ਸੀਗੇ ਸਾਧਨਾ ਕਰਨ ਵਾਸਤੇ, ਵੀ ਹੁਸ਼ਿਆਰਪੁਰ ਦਾ ਬੜਾ ਨਾਂ ਸੁਣਿਆ, ਉੱਥੇ ਬੜੀ ਵਿਪਾਸਨਾ ਹੁੰਦੀ ਹੈ, ਅਤੇ ਪੰਜਾਬ ਵਾਲੇ ਆਂਧਰਾ ਪ੍ਰਦੇਸ਼ ਤੁਰ ਕੇ ਉੱਥੇ ਜਾ ਰਹੇ, ਕਹਿੰਦੇ ਵਿਪਾਸਨਾ ਉੱਥੇ ਚੰਗੀ ਹੁੰਦੀ ਹੈ। ਕੋਈ ਸਮਝ ਨਹੀਂ ਆਇਆ, ਇੱਕ ਬੜੀ ਅੱਜ ਅਜੀਬ ਜਿਹੀ ਸਥਿਤੀ ਬਣੀ ਖੜੀ ਹੈ। ਹੋ ਕੀ ਰਿਹਾ ਆਮ ਆਦਮੀ ਪਾਰਟੀ ਦੇ ਅੰਦਰ, ਜਾਂ ਕੀ ਕੋਈ ਇਹਨਾਂ ਦੀ ਆਪਸ 'ਚ ਜਿਹੜੀ ਦਰਾੜ ਪਈ ਖੜੀ ਹੈ ਮੁੱਖ ਮੰਤਰੀ ਦੋਨਾਂ ਦੀ? ਵੀ ਕਿਉਂਕਿ ਅਗਰ ਹੁਸ਼ਿਆਰਪੁਰ ਦੇ ਅੰਦਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਕੋਈ ਇਸ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਭਗਵੰਤ ਮਾਨ ਜੀ ਨੇ, ਐਡੀ ਕਿਹੜੀ ਤਪੱਸਿਆ? ਮੈਂ ਤਾਂ ਪਹਿਲੇ ਕਦੇ ਹੋਰ ਕਿਤੇ ਜਾਂਦੇ ਤਾਂ ਸੁਣਿਆ ਸੀਗਾ ਕਿਸੇ ਹੋਰ ਸੈਂਟਰਸ ਦੇ ਅੰਦਰ ਤਪੱਸਿਆ ਵਾਲਾ, ਅੱਜ ਪਹਿਲੀ ਵਾਰੀ ਮੈਂ ਸੁਣ ਰਿਹਾ ਵਾਂ ਨਵੀਂ ਕੋਈ ਵਾਇਰਸ ਆ ਗਿਆ ਕਿਤੇ, ਦੋਨਾਂ ਮੁੱਖ ਮੰਤਰੀਆਂ ਨੂੰ ਲੱਗਿਆ ਕਿਤੇ ਨੇੜੇ ਵਾਲੇ ਰਹਿੰਦੇ ਆ, ਵੀ ਉੱਥੇ ਵੀ ਲੱਗਿਆ ਅਤੇ ਇੱਧਰ ਵੀ ਲੱਗ ਗਿਆ ਭਗਵੰਤ ਮਾਨ ਜੀ ਦੇ, ਅਤੇ ਉਹ ਆਂਧਰਾ ਪ੍ਰਦੇਸ਼ ਤੁਰ ਗਏ। ਪਰ ਉਹ ਜਿਹੜਾ ਇਸ਼ਾਰਾ ਕਰ ਗਏ ਵੀ ਇੱਕ ਤਾਂ ਜਿਹੜਾ ਹੁਸ਼ਿਆਰਪੁਰ ਦਾ ਵਿਪਾਸਨਾ ਸੈਂਟਰ ਹੈ ਉਹ ਮੁੱਖ ਮੰਤਰੀਆਂ ਲਾਇਕ ਹੈ ਨਹੀਂ, ਜੇ ਮੁੱਖ ਮੰਤਰੀ ਲਾਇਕ ਹੈ ਨਹੀਂ ਤਾਂ ਫਿਰ ਕੇਜਰੀਵਾਲ ਸਾਹਿਬ ਉੱਥੇ ਹਫ਼ਤਾ ਕਿਉਂ ਲਾ ਕੇ ਗਏ ਸਨ? ਉੱਧਰ ਈਡੀ ਦੇ ਸੰਮਨ ਆ ਰਹੇ ਹੈ, ਤੁਸੀਂ ਤਪੱਸਿਆ ਕਰਨ ਹੁਸ਼ਿਆਰਪੁਰ ਆ ਗਏ, ਇਹ ਤਾਂ ਐਂ ਲੱਗਦਾ ਵੀ ਕੋਈ ਭਗੌੜਾ ਆਦਮੀ ਪਨਾਹ ਲੈਣ ਆਵੜਦਾ ਅਤੇ ਇੱਥੇ ਆ ਕੇ ਪਨਾਹ ਲੈ ਲਈ। ਭਗਵੰਤ ਮਾਨ ਜੀ ਦੱਸਣ ਵੀ ਫਿਰ ਆ, ਕਿਉਂ ਨਹੀਂ ਉਹ ਉੱਥੇ ਹੁਸ਼ਿਆਰਪੁਰ ਜਾ ਕੇ ਕਰਦੇ? ਦੂਜੀ ਗੱਲ ਜਿਹੜੀ ਸਾਹਮਣੇ ਉੱਠ ਕੇ ਆਉਂਦੀ ਹੈ ਵੀ ਅੱਜ
ਹੁਣ ਤਾਂ ਚਲੋ ਉਹਨਾਂ ਨੇ ਚਿੱਠੀ ਲਿਖਤੀ ਵੀ ਮੈਂ ਕੋਆਪਰੇਟ ਕਰਨ ਨੂੰ ਤਿਆਰ ਹਾਂ ਪਰ ਪੇਸ਼ ਨਹੀਂ ਹੁੰਦਾ। ਚਲੋ ਉਹ ਤਾਂ ਉਹਨਾਂ ਦੀ ਆਪਣੀ ਸੋਚ ਹੈ ਪਰ ਚਿੱਠੀ ਤਾਂ ਅੱਜ ਲਿਖੀ ਹੈ ਤੇ ਹੈਦਰਾਬਾਦ ਵਿਪਾਸਨਾ ਕੇਂਦਰ ਦੇ ਅੰਦਰ ਮੁਕੰਦ ਮਾਨ ਜੀ ਨੇ ਤਾਂ ਤਿਆਰੀ ਕਈ ਦਿਨ ਪਹਿਲਾਂ ਦੀ ਕੀਤੀ ਹੋਣੀ ਹੈ, ਬੁਕਿੰਗ ਕਰਾਈ ਹੋਣੀ ਹੈ, ਉੱਥੇ ਕੋਈ ਟਾਈਮ ਫਿਕਸ ਹੋਇਆ ਤਾਂ ਹੈ ਨੀ ਵੀ ਹਵਾਈ ਜਹਾਜ਼ ਚੱਕਿਆ ਤੇ ਜਾ ਵੜੇ ਉੱਥੇ। ਤੇ ਕੀ ਸਕੀਮ ਕੀ ਸੀ? ਇੱਕ ਤਾਂ ਉਹਨਾਂ ਨੇ ਬਹੁਤ ਹੀ ਡੂੰਘੇ ਸਵਾਲ ਚੱਕ ਤੇ ਕੇਜਰੀਵਾਲ ਸਾਹਿਬ ਦੇ ਪੰਜਾਬ ਦੇ ਇੱਕ ਹਫ਼ਤੇ ਦਾ ਜਿਹੜਾ ਸਟੇਅ ਸੀ ਉਹਨੂੰ ਲੈ ਕੇ ਵੀ ਇੱਥੇ ਕੀ ਕਰ ਰਹੇ ਸੀਗੇ ਅਗਰ ਉੱਥੇ ਤਪੱਸਿਆ ਨਹੀਂ ਹੁੰਦੀ ਤਾਂ। ਦੂਜਾ ਹੈ ਵੀ ਜਦੋਂ ਅੱਜ ਲੋੜ ਸੀਗੀ, ਭੀੜ ਪਈ ਹੈ ਉਹਨਾਂ ਦੇ ਸੁਪਰੀਮੋ ਆਮ ਆਦਮੀ ਪਾਰਟੀ ਦੇ, ਤੇ ਉਹ ਚਾਰ ਦਿਨ ਵਾਸਤੇ ਪੱਲਾ ਝਾੜ ਕੇ ਉੱਧਰ ਤੁਰ ਗਏ ਤੇ ਆਹ ਹੋ ਕੀ ਰਿਹਾ? ਆਹ ਸਵਾਲ ਹੈ ਜਿਹੜੇ ਭਗਵੰਤ ਮਾਨ ਜੀ ਦੱਸਣ, ਕਿਉਂਕਿ ਸਵਾਲ ਤਾਂ ਬਹੁਤ ਸਾਰੇ ਉੱਠ ਰਹੇ। ਇੱਕ ਪਾਸੇ 2500 ਕਰੋੜ ਦਾ ਕਰਜ਼ਾ ਚੱਕ ਕੇ ਉੱਧਰ ਤੁਰ ਗਏ, ਅੱਜ ਵੀ ਮੈਨੂੰ ਲੱਗਦਾ ਵੀ ਕਮਰਸ਼ੀਅਲ ਫਲਾਈਟ 'ਚ ਨਹੀਂ ਗਏ, ਫਿਰ ਜੈੱਟ ਕਿਰਾਏ 'ਤੇ ਲੈ ਕੇ ਆਂਧਰ ਪ੍ਰਦੇਸ਼ ਗਏ, ਇੱਥੇ ਤਾਂ ਗੱਡੀ ਨਾਲ ਹੀ ਕੰਮ ਚੱਲ ਜਾਣਾ ਸੀ, ਹੁਸ਼ਿਆਰਪੁਰ ਜਾ ਵੜਦੇ, ਜਾ ਕੇ ਇੱਥੇ ਤਪੱਸਿਆ ਕਰ ਲੈਂਦੇ। ਸੋ ਇਹਨਾਂ ਸਵਾਲਾਂ ਦਾ ਜਵਾਬ ਵੀ ਸਮੇਂ ਸਿਰ ਅੱਗੇ ਲੋਕ ਪੁੱਛਣਗੇ ਤੇ ਇਹਦਾ ਜਵਾਬ ਪਾ ਲੈਣਗੇ ਸਭ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।